ਸਤਿ ਸ੍ਰੀ ਅਕਾਲ ਦੋਸਤੋ, ਪੰਜਾਬ ਵਿੱਚ ਸਕੂਲਾਂ ਨੂੰ ਬੰਦ ਕਰਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਆਦਾਤਰ ਜੋ ਸਾਨੂੰ ਕਮੈਂਟ ਆ ਰਹੇ ਹਨ ਉਹ ਸਕੂਲਾਂ ਨੂੰ ਬੰਦ ਕਰਨ ਬਾਰੇ ਆ ਰਹੇ ਹਨ ਅਤੇ ਸਕੂਲਾਂ ਵਿੱਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਸਰਕਾਰ ਸਕੂਲਾਂ ਨੂੰ ਬੰਦ ਕਰੇਗੀ ਜਾਂ ਨਹੀਂ, ਇਸ ਬਾਰੇ ਫੈਸਲਾ ਅਜੇ ਬਾਕੀ ਹੈ। ਵਿਦਿਆਰਥੀ ਵੀ ਸਕੂਲਾਂ ਦੇ ਬੰਦ ਕਰਨ ਬਾਰੇ ਕੋਈ ਐਲਾਨ ਜਾਣਨਾ ਚਾਹੁੰਦੇ ਹਨ। ਇਹਨਾਂ ਸਾਰਿਆਂ ਦੇ ਚੱਲਦਿਆਂ ਇੱਕ ਹੋਰ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ। ਆਓ ਦੋਸਤੋ, ਤੁਹਾਨੂੰ ਦੱਸਦੇ ਹਾਂ ਕੀ ਹੈ ਇਹ ਅਹਿਮ ਖਬਰ। ਦੋਸਤੋ, ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ, ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ। ਦੋਸਤੋ, ਜੇ ਕੋਈ ਮਨ ਚ ਸਵਾਲ ਹੈ ਤਾਂ ਕਮੈਂਟ ਕਰਕੇ ਸਾਨੂੰ ਤੁਸੀਂ ਪੁੱਛ ਸਕਦੇ ਹੋ, ਅਸੀਂ ਜਲਦ ਤੋਂ ਜਲਦ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਆਓ ਵੱਧਦੇ ਹਾਂ ਖਬਰ ਵੱਲ। ਖਬਰ ਕੁਝ ਇਸ ਤਰ੍ਹਾਂ ਹੈ, ਕੋਰੋਨਾ ਨੂੰ ਲੈ ਕੇ ਉਂਝ ਤਾਂ ਬੁੱਧਵਾਰ ਜ਼ਿਲ੍ਹੇ ਦੇ ਲੋਕਾਂ ਲਈ ਰਾਹਤ ਭਰਿਆ ਰਿਹਾ, ਪਰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਰਿਪੋਰਟ ਪਾਜ਼ਿਟਿਵ ਆਉਣ ਨਾਲ ਵਿਦਿਆਰਥੀਆਂ ਵਿੱਚ ਚਿੰਤਾ ਵੱਧ ਗਈ ਹੈ। ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਬੁੱਧਵਾਰ ਸਿਰਫ ਇੱਕ ਹੀ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪ੍ਰਾਪਤ ਹੋਈ ਅਤੇ ਉਹ ਸਰਕਾਰੀ ਸਮਾਰਟ ਸਕੂਲ ਪਿੰਡ ਨੰਗਲ ਅੰਬੀਆਂ ਸ਼ਾਹਕੋਟ ਦਾ 13 ਸਾਲਾ ਵਿਦਿਆਰਥੀ ਪਾਇਆ ਗਿਆ ਹੈ। ਸਿਹਤ ਮਹਿਕਮੇ ਨੂੰ ਬੁੱਧਵਾਰ 4,130 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਵਿੱਚੋਂ 3 ਹੋਰ ਰਿਕਵਰ ਹੋ ਗਏ ਹਨ। ਮਹਿਕਮੇ ਦੀ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5,184 ਹੋਰ ਲੋਕਾਂ ਦੇ ਸੈਂਪਲ ਲਏ ਹਨ। ਜਲੰਧਰ ਵਿੱਚ ਕੋਰੋਨਾ ਦੀ ਸਥਿਤੀ 8,400,400,400। ਜੀ ਹਾਂ, ਯਾਦ ਕਰ ਲਵੋ ਵਟਸਐਪ ਨੰਬਰ, ਕਿਉਂਕਿ ਹੁਣ ਚਾਹੇ ਤੁਹਾਡਾ ਮੈਥ ਦਾ ਸਵਾਲ ਹੋਵੇ, ਫਿਜ਼ਿਕ, ਕੈਮਿਸਟਰੀ ਜਾਂ ਬਾਇਓਲੋਜੀ ਦਾ, ਤੁਹਾਡੇ ਹਰ ਡਾਊਟ, ਹਰ ਕੁਐਸਚਨ ਦਾ ਮਿਲੇਗਾ ਤੁਰੰਤ ਵੀਡੀਓ ਸੋਲੂਸ਼ਨ, ਉਹ ਵੀ ਸਿੱਧਾ ਤੁਹਾਡੇ ਵਟਸਐਪ ਨੰਬਰ ਤੇ। ਬਸ ਆਪਣੇ ਫੋਨ ਤੇ ਡਾਊਟ ਨੈਟ ਦਾ 8,400,400,400 ਨੰਬਰ ਸੇਵ ਕਰ ਲਵੋ ਅਤੇ ਚੈਟ ਓਪਨ ਕਰੋ। ਫਿਰ ਜੋ ਵੀ ਤੁਹਾਡਾ ਡਾਊਟ ਹੈ, ਉਸ ਸਵਾਲ ਦੀ ਫੋਟੋ ਖਿੱਚਣੀ ਹੈ, ਕ੍ਰੌਪ ਕਰਨੀ ਹੈ, 5 ਸਕਿੰਟ ਦੇ ਅੰਦਰ ਅੰਦਰ ਤੁਹਾਨੂੰ ਉਸ ਦਾ ਵੀਡੀਓ ਸੋਲੂਸ਼ਨ ਮਿਲ ਜਾਵੇਗਾ। ਕਲਾਸ 6 ਤੋਂ 12 ITJEE, NEET, CBSE ਬੋਰਡ ਅਤੇ ਸਾਰੇ ਸਟੇਟ ਬੋਰਡ ਦੇ ਬੱਚਿਆਂ ਲਈ। ਤਾਂ ਫਿਰ ਦੇਰ ਕਿਸ ਗੱਲ ਦੀ, ਹੁਣੇ ਜਾਓ ਅਤੇ 8,400,400,400 ਨੰਬਰ ਤੇ ਆਪਣਾ ਸਵਾਲ ਵਟਸਐਪ ਕਰੋ ਅਤੇ ਆਪਣੇ ਸਾਰੇ ਡਾਊਟਸ ਨੂੰ ਆਊਟ ਕਰੋ, ਲਿੰਕ ਡਿਸਕ੍ਰਿਪਸ਼ਨ ਚ। ਹੁਣ ਤੱਕ ਕੁੱਲ ਸੈਂਪਲ 15,40,172 ਲਏ ਹਨ, ਨੈਗੇਟਿਵ ਆਏ ਹਨ 14,06,636, ਪੋਜ਼ਿਟਿਵ ਆਏ ਹਨ 63,209, ਡਿਸਚਾਰਜ ਹੋਏ ਹਨ ਮਰੀਜ਼ 61,687, ਮੌਤਾਂ ਹੋਈਆਂ ਹਨ 1,491 ਤੇ ਐਕਟਿਵ ਕੇਸ ਹਨ 31। ਸੋ ਦੋਸਤੋ, ਇੱਥੇ ਥੋੜੀ ਜਿਹੀ ਚਿੰਤਾ ਦਾ ਵਿਸ਼ਾ ਹੈ, ਸਿਰਫ ਇੱਕ ਹੀ ਕੇਸ ਆਇਆ ਹੈ ਕੋਰੋਨਾ ਪਾਜ਼ਿਟਿਵ, ਉਹ ਵੀ ਸਰਕਾਰੀ ਸਕੂਲ ਦੇ ਵਿੱਚੋਂ। ਜੀ ਹਾਂ, 13 ਸਾਲਾਂ ਵਿਦਿਆਰਥੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਸੋ ਦੋਸਤੋ, ਸਕੂਲਾਂ ਵਿੱਚ ਕੋਰੋਨਾ ਦੇ ਕੇਸ ਆਉਣਾ ਇੱਕ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ। ਹੁਣ ਇਲਾਕੇ ਦੇ ਵਿੱਚ ਸਿਰਫ ਇੱਕ ਹੀ ਕੋਰੋਨਾ ਕੇਸ ਆਇਆ ਹੈ, ਉਹ ਵੀ ਸਰਕਾਰੀ ਸਕੂਲ ਸ਼ਾਹਕੋਟ ਦੇ ਵਿੱਚੋਂ 13 ਸਾਲਾਂ ਦਾ ਵਿਦਿਆਰਥੀ ਕੋਰੋਨਾ ਪਾਜ਼ਿਟਿਵ ਆਇਆ। ਸੋ ਜ਼ਿਆਦਾਤਰ ਹੁਣ ਜੋ ਵੀ ਕੋਰੋਨਾ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਉਹ ਮਿਲ ਰਹੇ ਹਨ ਸਰਕਾਰੀ ਸਕੂਲਾਂ ਦੇ ਵਿੱਚੋਂ, ਤੇ ਇਸੇ ਦੇ ਚੱਲਦਿਆਂ ਵਿਦਿਆਰਥੀ ਅਤੇ ਮਾਪੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਬਾਰੇ ਮੰਗ ਕਰ ਰਹੇ ਹਨ। ਜੀ ਹਾਂ ਦੋਸਤੋ, ਸਰਕਾਰ ਵੱਲੋਂ ਇਸ ਵੇਲੇ ਸਕੂਲਾਂ ਨੂੰ ਬੰਦ ਕਰਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸੋ ਦੋਸਤੋ, ਕੀ ਮਾਹੌਲ ਹੁਣ ਇਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ ਜਾਂ ਸਰਕਾਰ ਇਸ ਦੇ ਲਈ ਕੁਝ ਠੋਸ ਕਦਮ ਚੁੱਕੇਗੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਸਤੋ, ਇਹ ਸੀ ਇਸ ਵੇਲੇ ਦੀ ਵੱਡੀ ਖਬਰ। ਜਲਦੀ ਹੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।